ਅੱਜ ਫਿਰੋਜ਼ਪੁਰ ਸਿਟੀ ਏਰੀਆ ਦੇ ਵਿੱਚ ਸਾਨੂੰ ਰਿਪੋਰਟ ਹੋਇਆ ਸੀ ਕਿ ਫਾਇਰਿੰਗ ਇੰਸੀਡੈਂਟ ਹੋਇਆ ਹੈ। ਉਹਦੇ ਵਿੱਚ ਟੋਟਲ 3 ਡਿਸੀਜ਼ ਹੈਗੇ, ਉਹ ਭਾਈ ਬਹਿਣ ਭਾਈ ਸੀਗੇ ਐਂਡ ਉਹਨਾਂ ਦੇ ਨਾਲ ਉਹਨਾਂ ਦੇ ਜੋ ਦੋਸਤ ਸੀਗੇ ਉਹ ਇੰਜਰਡ ਹੈ ਜਾਂ ਉਹਨਾਂ ਦਾ ਘਰ ਰਹੇਗਾ, ਘਰ 'ਚੋਂ ਨਿਕਲ ਕੇ ਗਾੜੀ 'ਤੇ ਜਾ ਰਹੇ ਸੀਗੇ ਤੋ 6 ਅਨਨੋਨ ਅਸੇਲੈਂਟਸ ਨੇ ਉਹਨਾਂ ਦੇ ਉੱਪਰ ਅਟੈਕ ਕੀਤਾ ਸੀ 2 ਬਾਈਕ ਦੇ ਉੱਪਰ। ਅਸੀਂ ਪੁਲਿਸ ਪੂਰੇ ਕੋਸ਼ਿਸ਼ ਕਰ ਰਹੀ ਹੈ, ਉਹਨਾਂ ਨੂੰ ਆਈਡੈਂਟੀਫਾਈ ਵੀ ਕੀਤਾ ਜਾ ਚੁੱਕਾ ਹੈ, ਅਸੀਂ ਜ਼ਰੂਰ ਉਹਨੂੰ ਫੜਾਂਗੇ ਜੀ। ਕਿਹੜੀ ਗੱਡੀ ਦੇ ਵਿੱਚ ਸਵਾਰ ਸੀਗੇ ਜੀ ਔਰ ਕਿੰਨੇ ਜਾਣੇ ਸਵਾਰ ਸੀ? ਜਿਹੜੇ ਅਸੇਲੈਂਟਸ ਸੀ ਸਾਡੇ ਉਹ 2 ਮੋਟਰਸਾਈਕਲ ਦੇ ਉੱਪਰ ਸਵਾਰ ਸੀਗੇ, ਜਿਹੜਾ ਹੁਣ ਤੱਕ ਦੀ ਇਨਫੋਰਮੇਸ਼ਨ ਸੀ ਸਾਨੂੰ ਪਤਾ ਚੱਲਾ ਹੈ। ਟੋਟਲ 6 ਅਕਿਊਜ਼ ਹੈਗੇ। ਵੈਪਨ ਕਿਹੜੇ ਯੂਜ਼ ਕੀਤੇ ਜੀ ਔਰ ਕਿੰਨੇ ਫਾਇਰ ਹੋਏ ਆ? ਇਹਨਾਂ ਨੇ ਵੈਪਨ ਅਲੱਗ ਅਲੱਗ ਤਰ੍ਹਾਂ ਦੇ ਕੀਏ, ਹੁਣ ਫੋਰੈਂਸਿਕ ਟੀਮ ਵੀ ਸਪੋਟ 'ਤੇ ਮੌਜੂਦ ਹੈ, ਉਹ ਇਹ ਸਾਰਾ ਕੁਝ ਅਸੈਸ ਕਰ ਰਹੀ ਹੈ, ਅਸੈਸ ਕਰਨ ਕੇ ਬਾਅਦ ਤੁਹਾਨੂੰ ਬਤਾ ਦਾਂਗੇ ਜੀ। ਮੈਮ ਕਿੰਨਿਆਂ ਦੀ ਮੌਤ ਹੋਈ ਹੈ ਇਸ ਸਾਰੀ ਵਾਰਦਾਤ ਦੇ ਵਿੱਚ, ਜ਼ਖਮੀ ਕਿੰਨੇ ਹੋਏ ਔਰ ਉਹਨਾਂ ਦੀ ਹਾਲਾਤ ਕੀ? ਟੋਟਲ 3 ਡਿਸੀਜ਼ਡ ਹੈ, 3 ਦੀ ਮੌਤ ਹੋਈ ਹੈ, 2 ਜ਼ਖਮੀ ਹੈਗੇ। ਇਨਮੇ ਸੇ ਜਿਹੜੇ 3 ਡਿਸੀਜ਼ਡ ਹੈ ਉਹ ਬਹਿਣ ਭਾਈ ਸੀਗੇ ਅਤੇ ਉਹਨਾਂ ਦਾ ਇੱਕ ਫਰੈਂਡ ਸੀਗਾ, ਅਤੇ ਜਿਹੜੇ 2 ਡਿਸੀਜ਼ਡ ਉਹ ਵੀ ਇਨਕੇ ਫੈਮਿਲੀ ਮੈਂਬਰ ਹੈ। ਪ੍ਰਾਈਮਾ ਫੇਸੀ ਸਾਨੂੰ ਲੱਗ ਰਿਹਾ ਕਿ ਇਹਨਾਂ ਦੀ ਫੈਮਿਲੀ ਦੇ ਉੱਪਰ ਇੱਕ ਟਾਰਗੇਟਡ ਅਟੈਕ ਕੀਤਾ ਗਿਆ ਸੀਗਾ, ਬਾਕੀ ਅਸੀਂ ਵੈਰੀਫਾਈ ਕਰ ਰਹੇ ਨੇ। ਕਾਰਨ ਕੀ ਪਤਾ ਲੱਗਿਆ ਕੁਛ ਅਜੇ ਤੱਕ? ਕਾਰਨ ਕੀ ਹੈ? ਅਸੀਂ ਉਹੀ ਕਹਿ ਰਹੇ ਨੇ, ਇਹਨਾਂ ਦੀ ਪੂਰੀ ਫੈਮਿਲੀ ਇੱਕ ਗਾੜੀ ਦੇ ਵਿੱਚ ਸਵਾਰ ਸੀਗੇ, ਇਹਨਾਂ ਦੇ ਫਰੈਂਡਸ ਵੀ ਸੀਗੇ, ਇਹ 3ੋਂ ਫੈਮਿਲੀ ਮੈਂਬਰ ਇੱਕ ਹੀ ਘਰ ਦੇ ਵਿੱਚ ਰਹਿੰਦੇ ਨੇ ਅਤੇ ਭਾਈ ਭਾਈ ਦੇ ਬੱਚੇ ਹੈਗੇ, ਇਹ ਕਹੀਂ ਜਾ ਰਹੇ ਸੀਗੇ, ਤਾਂ ਅਸੀਂ ਇਹੀ ਅਸਰਟਨ ਕਰ ਰਹੇ ਨੇ ਕਿ ਇਹਨਾਂ ਦੇ ਉੱਪਰ ਇਹਨਾਂ ਦੀ ਫੈਮਿਲੀ ਦੇ ਉੱਪਰ ਇੱਕ ਟਾਰਗੇਟਡ ਅਟੈਕ ਕੀਤਾ ਹੈ ਦੂਜੇ ਗਰੁੱਪ ਨੇ। ਹਾਲਾਂਕਿ ਜਿਹੜਾ ਡਿਸੀਜ਼ ਹੈਗਾ ਉਹਨਾਂ ਦੇ ਉੱਪਰ ਵੀ 2 ਪਰਚੇ ਦਰਜ ਸੀਗੇ, 302 ਦੇ, ਉਹਨਾਂ ਦੇ ਉੱਪਰ ਵੀ ਮਰਡਰ ਦੇ ਪਰਚੇ ਪਹਿਲੇ ਦਰਜ ਸੀਗੇ ਜੀ। ਮੌਤ ਕਿਹਦੀ ਹੋਈ ਹੈ ਮੈਮ? ਇਹਦੇ ਵਿੱਚ ਦਿਲਦੀਪ ਸਿੰਘ ਹੈ, ਉਹਨਾਂ ਦੀ ਬਹਿਣ ਹੈਗੀ ਜਸਪ੍ਰੀਤ ਕੌਰ, ਅਤੇ ਉਹਨਾਂ ਦੇ ਨਾਲ ਇੱਕ ਆਕਾਸ਼ਦੀਪ ਉਹਨਾਂ ਦਾ ਦੋਸਤ ਸੀਗਾ, ਇਹ 3ੋਂ ਦੀ ਮੌਤ ਹੋਈ ਹੈ, ਅਤੇ ਨਾਲ ਆਕਾਸ਼ਦੀਪ ਦਾ ਭਰਾ ਹੈ ਉਹ ਵੀ ਇੰਜਰਡ ਹੈਗਾ, ਅਤੇ ਇਹਨਾਂ ਦਾ ਇੱਕ ਔਰ ਕਜ਼ਿਨ ਹੈਗਾ ਉਹ ਵੀ ਇੰਜਰਡ ਹੈ। ਇਹ ਮੈਮ ਬਿਲਕੁਲ ਘਰ ਦੇ ਕੋਲ ਹੀ ਹੋਇਆ, ਇਹ ਰੈਕੀ ਕੀਤੀ ਗਈ ਹੈ ਪਹਿਲਾਂ ਕਿ ਕਿਸ ਤਰ੍ਹਾਂ ਜਿਹੜੀ ਸਾਰੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਾਂ ਇਸ ਤੋਂ ਪਹਿਲਾਂ ਵੀ CCTV ਫੁਟੇਜ ਖੰਗਾਲੀ ਹੋਏਗੀ, ਉਸ ਦੇ ਵਿੱਚ ਕੀ ਆਇਆ? ਦੇਖੀਏ, ਅਸੀਂ ਸਪੋਟ ਦੇ ਵਿੱਚ ਮੌਜੂਦ ਨੇ, ਹੁਣ ਜਬ ਸੇ ਇੰਸੀਡੈਂਟ ਹੋਇਆ ਉਹਦੇ ਬਾਅਦ ਸੇ ਸਾਰੀ ਸਪੈਸ਼ਲਾਈਜ਼ ਸੀ ਟੀਮੇ ਲੱਗੀ ਹੋਈ ਨੇ, ਬਾਹਰਲੇ ਜ਼ਿਲ੍ਹੇ ਦੀ ਵੀ ਫੋਰਸ ਇੱਥੇ ਆਈ ਹੈ, ਅਸੀਂ ਹਰ ਇੱਕ CCTV ਕੈਮਰਾ ਵੈਰੀਫਾਈ ਕਰ ਰਹੇ ਨੇ, ਹੁਣੇ ਇਹਨੂੰ ਆਈਡੈਂਟੀਫਾਈ ਵੀ ਅਸੀਂ ਕਰ ਚੁੱਕੇ, ਇਹਨੂੰ ਜ਼ਰੂਰ ਫੜਾਂਗੇ ਜੀ। ਹਮਲਾਵਰ ਜਿਹੜੇ ਸੀਗੇ ਉਹਨਾਂ ਦੀ ਪਹਿਚਾਣ ਹੋ ਪਈ ਹੈ ਕਿ ਕੌਣ ਲੋਕ ਸੀ, ਕਿੱਧਰੋਂ ਆਏ ਸੀਗੇ ਔਰ 2 ਬਾਈਕ 'ਤੇ ਆਏ ਸੀ ਜਾਂ ਹੋਰ ਵੀ ਸਾਥੀ ਨਾਲ? ਹੁਣੇ ਜਿੰਨਾ ਦਿਖ ਰਿਹਾ ਸਾਨੂੰ ਸਪੋਟ 'ਤੇ ਜਿਹੜੀ ਫੁਟੇਜਿਸ ਜਾਂ ਵਗੈਰਾ ਅਵੇਲੇਬਲ ਹੈਗੀ, ਟੈਕਨੀਕਲ ਇਨਪੁੱਟ ਦੇ ਉੱਪਰ ਅਸੀਂ ਵਰਕਆਊਟ ਕਰ ਰਹੇ ਹਾਂ। ਟੋਟਲ 6 ਅਸੇਲੈਂਟਸ ਔਨ 2 ਮੋਟਰਸਾਈਕਲ ਹੀ ਸਾਨੂੰ ਨਜ਼ਰ ਆ ਰਹੇ ਨੇ। ਵੈਪਨ ਸਾਰਿਆਂ ਕੋਲ ਸੀਗੇ ਜਾਂ ਕੁਛ 1-2 ਜਣਿਆਂ ਕੋਲ? ਨਹੀਂ, ਦੇਖੀਏ, ਇਹ ਸਾਰੇ ਤਾਂ ਜਿਹੜੇ ਚਸ਼ਮਦੀਦ ਗਵਾਹ ਉਹਨਾਂ ਸਾਰੋ ਦੇ ਬਿਆਨ ਦੇ ਬਾਅਦ ਹੀ ਅਸੀਂ ਕਹਿ ਪਾਏਂਗੇ। ਹੁਣ ਤੱਕ ਜਿੰਨੀ ਮੁੱਢਲੀ ਤੌਰ 'ਚ ਸਾਨੂੰ ਇਨਫੋਰਮੇਸ਼ਨ ਪਤਾ ਚੱਲ ਰਹੀ ਹੈ, ਉਹਦੇ ਹਿਸਾਬ ਨਾਲ 2 ਮੋਟਰਸਾਈਕਲ ਅਤੇ 6 ਮੋਟਰਸਾਈਕਲ ਸਵਾਰ ਥੇ ਜੋ ਅਕਿਊਜ਼ਡ ਹੈ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇਹਨਾਂ ਦੇ ਮਾਮਲੇ ਪਹਿਲਾਂ ਵੀ ਦਰਜ ਸੀਗੇ, ਦਿਲਦੀਪ ਦੇ ਮਾਮਲੇ ਦਰਜ ਸੀਗੇ ਔਰ ਕਿਸ ਤਰ੍ਹਾਂ ਦੇ ਤਹਿਤ ਮਾਮਲੇ ਦਰਜ ਸੀ ਔਰ ਕਿੱਥੇ ਕਿੱਥੇ? ਜਿਹੜਾ ਵਿਕਟਿਮ ਹੈਗਾ ਉਹਨਾਂ ਦੇ ਉੱਪਰ 2 ਮਰਡਰ ਕੇਸਿਸ ਦਰਜ ਸੀਗੇ ਪਹਿਲੇ, ਔਰ ਉਹ 302 ਦੇ ਮਰਡਰ ਕੇਸਿਸ ਸੀਗੇ, ਉਹ ਵੱਖਰੇ ਜ਼ਿਲ੍ਹੇ 'ਚ ਹੈਗੇ, ਇਹ ਪਿਛਲੇ ਸਾਲ ਆਈ ਥਿੰਕ ਜੇਲ੍ਹ ਤੋਂ ਬਾਹਰ ਵੀ ਆਏ ਸੀ। ਕੀ ਲੱਗ ਰਿਹਾ ਕਿ ਇਸੇ ਰੰਜਿਸ਼ ਨੂੰ ਲੈ ਕੇ ਕੋਈ ਹੋ ਸਕਦਾ ਜਾਂ ਕੋਈ ਹੋਰ ਵੀ ਤੁਸੀਂ ਕਿਸੇ? ਵੀ ਆਰ ਨੋਟ ਇੰਡਲਜਿੰਗ ਇਨ ਐਨੀ ਕਾਇੰਡ ਆਫ ਗੈਸ ਵਰਕ, ਸਾਰੇ ਜਿਵੇਂ ਤੁਸੀਂ ਕਹਿ ਰਹੇ ਹੋ ਸਾਰੇ ਐਂਗਲ ਅਸੀਂ ਜ਼ਰੂਰ ਵੈਰੀਫਾਈ ਕਰ ਰਹੇ ਨੇ, ਬਟ ਅਸੀਂ ਇਹਦਾ ਜੋ ਵੀ ਕੌਨਕ੍ਰੀਟ ਰੀਜ਼ਨ ਹੈ ਉਹ ਜ਼ਰੂਰ ਉਸਕੀ ਤਹਿ ਤੱਕ ਪਹੁੰਚੇਂਗੇ ਔਰ ਜਲਦੀ ਕੇਸ ਵੀ ਸੋਲਵ। ਫਾਇਰ ਕਿੰਨੇ ਕੋਈ ਮੈਮ? ਇਹ ਸਾਰੀ ਕੁਛ ਹੁਣੇ ਫੋਰੈਂਸਿਕ ਟੀਮ ਤੁਹਾਡੇ ਸਾਹਮਣੇ ਹੀ ਕੰਮ ਕਰ ਰਹੀ ਹੈ, ਆਈ ਥਿੰਕ ਆਫਟਰ ਦੇਅਰ ਰਿਪੋਰਟ ਵੀਲ ਬੀ ਏਬਲ ਟੂ ਟੈਲ ਜੀ। ਥੈਂਕ ਯੂ ਮੈਮ।